आजा रुड़ बकरी आजा रे नी दूध पी के नी दूध पी के नी दूध पी के जाई जे कुरे मेरे चले बोकरी जरे ले दे फिरते तन्नू एक बिजना दी बोले 40 40 बकरी मेरे चले दिया नी मिंगले ने कर मेरे छले दिए ਬੱਕਰੀਆਂ ਤੇ ਬੋਖ ਹੋ ਗਏ ਬਹੁਤ ਚੋਰੀਆਂ ਤਾਂ ਹੁਣ ਛੱਡ ਦੇਣਗੀਆਂ ਚਾਹੀਦੀਆਂ ਯਾਰ ਬਥੇਰਾ ਛਿਆਰੀ ਉਮਰ ਚੋਰੀਆਂ ਥੋੜੀ ਕਰ ਲਈਆਂ ਹੈ ਛਿਆਰੀ ਉਮਰ ਹੀ ਲੰਘ ਗਈ ਬਿਜ਼ਨਸ ਆਪਦਾ ਬਿਜ਼ਨਸ ਹੀ ਹੁੰਦਾ ਬਿਜ਼ਨਸ ਤਾਂ ਵੱਧ ਗਿਆ ਮੇਰਾ ਛਾਲਾ ਆਪਣੇ ਕ
ਕਿਸੇ ਵਾਲੀ ਨਹੀਂ ਏ ਫਾਕੇ ਨੇ ਕਿੱਕਰ ਓ ਮੇਰੇ ਚਾਲਿਆ ਮੇਰੇ ਚਾਲਿਆ ਹੈ ਮੇਰਾ ਛਾਲਾ ਛੰਗ ਦੇ ਜਿਹਦੇ ਪਿਆਰ ਕਰਦਾ ਪਰ ਛੰਗ ਕਾਹਦੀ ਕਾਲੀ ਬੱਕਰੀ ਦੀ ਪੱਪੀ ਲੈ ਗਿਆ ਕਾਲੀ ਬੱਕਰੀ ਦੀ ਪੱਪੀ ਲੈ ਗਿਆ ਇਹਨਾਂ ਚੌਂਕੀ ਇਹਨਾਂ ਚੌਂਕ ਮੇਰੇ ਚਾਲਿਆ ਚਾਲੀ ਭੇਡਾਂ ਨਾਲ ਆਦਮੀ ਨਗ ਪਹਿਲਾਂ ਤੇਰੇ ਕੋਲ 10 ਬੱਕਰੀਆਂ ਹੁੰਦੀਆਂ ਦੇਖ ਲੈ ਮੇਰੇ ਚਾਲੇ ਦੀ ਬਾਲਾ ਪਿਆਰ ਚੱਕ ਤੇ ਫੱਟੇ ਤੇਰੇ ਯਾਰ ਨੇ ਸਮਾਨ ਲੈ ਕੇ ਕਿੱਥੋਂ ਆਉਣਾ ਤੂੰ ਅੱਛਾ ਆਈ ਹੈ ਤੇਰੇ ਯਾਰ ਦੀ ਚੜਾਈ ਹੈ ਲੰਡੂ ਦੀ ਚਾਵਰ ਚਾਵਰ ਬੁਰੇ ਦਿਨ ਸਾਹਿਬ ਦਾ ਫੋਨ ਆ ਗਿਆ। ਜੈ ਹਿੰਦ ਜਨਾਬ, ਸਤਿ ਸ੍ਰੀ ਅਕਾਲ ਜੀ। ਹਾਂ, ਚੋਰੀ ਹੋ ਗਈ ਜਨਾਬ ਆਪਣੇ ਘਰੇ ਜੀ। ਕਮਾਲ ਹੋ ਗਈ ਆਪਣੇ ਘਰੇ, ਏਡਾ ਵੱਡਾ ਕਿਹੜਾ ਸੂਰਮਾ ਜੰਮ ਪਈ ਜਿਹਨੇ ਚੋਰੀ ਕਰ ਲਈ ਜੀ। ਜਨਾਬ ਹੈਂ ਜੀ ਜਨਾਬ, ਅੱਛਾ ਜੀ ਜਨਾਬ, ਕੈਮਰੇ ਦੀ ਫੁਟੇਜ ਆ ਗਈ ਜੀ, ਵੀਡੀਓ ਹੈਗੀ ਆਪਣੇ ਕੋਲ ਜਨਾਬ। ਤੁਸੀਂ ਪਲੀਜ਼ ਆਇਆ ਕਰੋ ਜੀ, ਮੈਨੂੰ ਵੀਡੀਓ ਭੇਜੋ ਹੁਣੀ, ਵਟਸਐਪ ਨੰਬਰ 'ਤੇ ਕਰੋ ਜੀ ਮੈਨੂੰ। ਮੈਂ ਕਿਹਾ ਜਨਾਬ ਘੰਟੇ ਟਰੇਸ ਕਰ ਲਾਂਗੇ, ਫਿਕਰ ਕਿਉਂ ਕਰਦੇ ਜੀ। ਭੇਜੋ ਭੇਜੋ ਜਨਾਬ ਹੁਣੀ ਵੀਡੀਓ। ਯਾਰ ਕਮਾਲ ਹੋ ਗਈ ਯਾਰ, ਪੁਲਿਸ ਵਾਲੇ ਘਰੇ ਵੀ ਚੋਰ ਪੜਨ ਲੱਗ ਗਏ ਯਾਰ। ਆਹ ਵੀਡੀਓ ਭੇਜਤੀ ਜਨਾਬ ਨੇ ਯਾਰ, ਇੱਕ ਮਿੰਟ। ਸਰ ਬੰਦਾ ਦੇਖਿਆ ਦੇਖਿਆ ਨੀ ਲੱਗਦਾ ਜੀ, ਬੰਦਾ ਤਾਂ ਮੈਂ ਵੀ ਦੇਖਿਆ ਦੇਖਿਆ ਲੱਗਦਾ। ਸਰਪੰਚ ਤੂੰ ਪਛਾਣਗਾ ਯਾਰ, ਬੰਦਾ ਕੌਣ ਹੈ ਯਾਰ ਇਹ? ਇਹਦਾ ਸਾਡੇ ਪਿੰਡ ਵਾਲਾ ਕੈਲਾ ਜੀ, 800-900 ਬੱਕਰੀ ਲਈ ਫਿਰਦਾ ਜੀ ਇਹ। ਉਹਦਾ ਜਨਾਬ ਚੋਰੀਆਂ ਬਹੁਤ ਕਰਦਾ ਜੀ। ਅੱਛਾ, ਹਾਂ ਜੀ ਕੈਲਾ ਹੀ ਆ ਜੀ ਇਹ? ਐ ਕਰੋ ਮੁੰਡਿਓ, ਹਾਂ ਜੀ, ਸਾਰੇ ਚੱਕਰੋ ਚੱਡੇ ਪਾੜ ਦਿਓ। ਚੱਡੇ ਦਾ ਮਹਾ ਟੈਨਸ਼ਨ ਹੀ ਨਾ ਲਓ ਜੀ। ਓਏ ਇੱਕ ਮਿੰਟ ਮੇਰੀ ਗੱਲ ਸੁਣੋ, ਤੁਹਾਡੇ ਨਾਲ ਆਉਣਾ ਨਹੀਂ ਗਾ, ਚੋਰ ਖਿੜਿਆ ਹੋਇਆ ਪੂਰਾ, ਤੁਸੀਂ ਉਹਨੂੰ ਬੜਾ ਕੇ ਲਿਆਓ। ਠੀਕ ਆ, ਇਹ ਹੁੰਦਾ ਕਿਤੇ ਤੁਹਾਨੂੰ ਪਤਾ ਹੋਵੇ ਵੀ ਜਿਵੇਂ 700-800 ਬੱਕਰੀ ਆ ਜੀ, ਇਹ ਬੱਕਰੀਆਂ ਚਰਦਾ। ਓਏ ਨਹਿਰ ਨੂਹਰ ਤੇ ਹੋਊਗਾ, ਨਹਿਰ ਤੇ ਜਾ, ਤੁਸੀਂ ਜਾ ਚੱਕ ਲਓ ਕਰਾ। ਠੀਕ ਹੈ ਜੀ, ਠੀਕ ਆ, ਬੜਾ ਕੇ ਲੈ ਕੇ ਆਓ, ਕਿ ਭੱਜ ਭੱਜ ਨਾ ਜਾਵੇ। ਜਾਓ ਜਾ, ਮਿੰਟ ਮਾਰੋ, ਜਾਓ ਜਾ ਭੱਜ। ਯਾਰ ਕਮਾਲ ਹੋਊਗੀ ਯਾਰ ਸਰਪੰਚ ਯਾਰ, ਯਾਰ ਲੋੜਾ ਆ ਗਿਆ ਜੀ ਜਮੀ। ਓਏ ਓਏ ਗੱਲ ਸੁਣੋ, ਇੱਕ ਗੱਲ ਸੁਣੋ। ਹਾਂ ਜੀ ਜਨਾਬ। ਓਏ ਮੇਰੀ ਗੱਲ ਸੁਣ ਲਓ, ਸਾਹਿਬ ਦੇ ਘਰੇ ਚੋਰੀ ਹੋਇਆ, ਮਸਾਂ ਦਾ ਸਾਹਿਬ ਦੇ ਕੋਲੇ ਜਾਣ ਦਾ ਮੌਕਾ ਮਿਲਿਆ, ਫੀਤੀ ਲੱਗੂ ਮੇਰੇ ਫੀਤੀ, ਬਸ ਚੱਕ ਲਿਆ ਬੜਾ ਕੇ। ਠੀਕ ਹੈ, ਲੈਬੂ ਮੰਗੋ ਨੂੰ ਚੋੜ ਦਾਂਗੇ ਇੱਥੇ ਲੈ ਕੇ ਸਾਲੇ ਨੂੰ। ਜਾਓ ਕਰਾ, ਮੈਂ ਫੁੱਦੂ ਆ, ਮੈਂ ਲੰਡੂ ਆ, ਸੁਣਦਾ ਨੀ ਪਿੱਛੇ ਹੋ ਕੇ ਕਿੱਛਾ ਛੋੜੀ ਨਾਲੇ ਕਿੱਛਾ ਚੜਾਵੇ ਬਰਾਬਰ ਖੇਡੂ ਫਿਰਦੇ ਪਿੱਛੇ ਹੋ ਕੇ ਛੋੜ ਯਾਰ, ਕਿੱਥੇ ਮੇਰੇ ਛਾਲੇ ਆਏ ਥੋੜੀ ਸੁਣੇ ਜਾਂਦੇ ਆ, ਕਿੱਥੇ ਸੁਣਾਉਣ ਦਾ ਤਰੀਕਾ ਹੁੰਦਾ।
40 ਭੇਡਾਂ ਬੱਲੇ ਬੱਲੇ ਹੋਈ ਪਈ ਆ ਤੇਰੇ ਯਾਰ ਦੀ ਮਰ ਜਾਓ ਮੇਰੇ ਬਾਪ ਮਰ ਜਾਓ ਮੇਰੇ ਬਾਪ ਮੈਨੂੰ ਸਸਪੈਂਡ ਕਰਾਏਗਾ
खीर मंगाओ फिर लैचियां लुचियां पा के लौंग ला के खीर बनाओ फिर मैं थानू दसूंगी की गल बात है बकरी चंगी गल आ जा हुण यार स्वाद ठीक है लथन मैं कहा जी ना ला हूं खीर खा के मन जू ऐ अपना कुटी जाना मुजरमा यार इन्ने चंगे पुलिस सारे थाने चू बंदा तो सियाना लगे कुटन लग गए कुटन में सारे मसले हल नहीं होंगे ਲੈ ਖਾਲੀ ਖੀਰ ਮੇਰਾ ਵੀਰ ਬਣ ਕੇ ਹੁਣ ਦੱਸ ਦੇ ਵੀ ਚੋਰੀ ਕਿਵੇਂ ਕਰੀ ਆ ਦੱਸ ਦੇ ਮੇਰਾ ਵੀਰ ਇੱਕ ਮਿੰਟ ਪਈ ਆ ਹਲੇ ਤਾਂ ਉਹ ਟੱਫਲਾ ਯਾਰ ਇਹ ਵੀ ਜਨਾਬ ਲੱਛਾਂ ਕਰੀ ਜਾਂਦਾ ਓਏ ਉਹਦਾ ਭਰ ਗਿਆ ਢਿੱਡ ਹੁਣ ਤੇਰਾ ਜਨਾਬ ਢਿੱਡ ਤਾਂ ਭਰ ਗਿਆ ਪਰ ਨੀਤ ਨਹੀਂ ਭਰੀ ਜਨਾਬ ਆ ਹੁਣ ਤਾਂ ਜਮਾ ਚਟਦਾ ਕੌਲਾ ਤਾਂ ਹੁਣ ਤਾਂ ਮੰਨ ਜਾ ਓ ਮੰਨਦਾ ਜਨਾਬ ਮੰਨਦਾ ਹਲੋ ਓਏ ਥੋੜੀ ਜਿਹੀ ਮਿੱਟੀ ਲਿਆ ਇਹਨੂੰ ਮਾਂਜਦੇ ਆਵੇ ਮੈਂ ਚੁੱਚਾ ਕਰਦੇ ਇਹਨੂੰ ਭਾਂਡੇ ਨੂੰ ਹੈ ਯਾਰ ਲਿਆ ਉੱਥੇ ਮਾਂਜਦੇ ਮੈਂ ਚੁੱਚਾ ਕਰਕੇ ਰੱਖੂਗਾ ਮੈਂ ਜਨਾਬ ਸਾਨੂੰ ਆ ਤਾਂ ਬੱਕਰੀ ਵਾਲਿਆਂ ਨੂੰ ਭਾਂਡਾ ਸੀ ਜਿਹੜੀ ਪਤੀਲੀ ਆ ਮਾਂਜਦੇ ਜਨਾਬ ਐਛਾ ਮਾਂਜੂ ਯਾਦ ਰੱਖੋਗੇ ਉਹ ਬੱਤੀ ਮੇਰਾ ਮੂੰਹ ਦੇਖ ਰਿਹਾ ਜਨਾਬ ਇਹ ਬੇਫਿਕਰੇ ਹੋ ਤੁਸੀਂ ਕਿਹੜੀ ਗੱਲ ਹੁੰਦੀ ਆ ਜਨਾਬ ਤੁਹਾਨੂੰ ਵੀ ਆਪਦੇ ਭਾਂਡੇ ਇਹ ਆਪ ਮਾਂਜਣੇ ਚਾਹੀਦੇ ਮੇਰੀ ਗੱਲ ਸੁਣੋ ਜਨਾਬ ਜੀ ਇਹ ਗੱਲ ਹੈ ਚੋਰੀ ਤਾਂ ਦੂਰ ਦੀ ਗੱਲ ਹੈ ਤੁਸੀਂ ਇਹੀ ਮਨਾ ਲਓ ਵੀ ਖੀਰ ਮੈਂ ਖਾਧੀ ਆ ਮਨਾ ਲਓ ਵੀ ਖੀਰ ਮੈਂ ਖਾਧੀ ਆ